ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਤੋਂ। ਅੱਜ ਵੀਜ਼ਾ ਆਇਆ ਜੀ ਸੁਖਜੀਤ ਕੌਰ ਮੁੰਜਲ ਢੋਲਨ ਪਿੰਡ ਤੋਂ ਆਪਣੇ, ਔਰ ਉਹਨਾਂ ਤੋਂ ਪੁੱਛਾਂਗੇ ਉਹਨਾਂ ਤੋਂ ਕਿ ਕਿਵੇਂ ਐਕਸਪੀਰੀਅੰਸ ਰਿਹਾ ਉਹਨਾਂ ਦਾ ਸਾਡੇ ਨਾਲ। ਮੈਡਮ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਬਹੁਤ ਅੱਛਾ ਸੀ। ਸੋ ਵਿਜ਼ਿਟਰ ਵੀਜ਼ਾ ਆਇਆ ਜੀ 5 ਸਾਲ ਦਾ, ਮਲਟੀਪਲ ਵਿਜ਼ਿਟਰ ਵੀਜ਼ਾ। ਤੁਹਾਨੂੰ ਕੋਈ ਖਰਾਬ ਖੱਜਲ ਦਾ ਨਹੀਂ ਹੋਣਾ ਪਿਆ ਇੱਥੇ? ਕਿੱਦਾਂ ਦਾ? ਨਹੀਂ ਜੀ, ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ। ਅਸੀਂ ਪਹਿਲਾਂ ਹੋਰ ਕਈ ਅਫਸਰ 'ਚ ਗਏ ਜਿਹਨਾਂ ਨੇ ਸਾਤੋਂ ਬਹੁਤ ਡਾਕੂਮੈਂਟ ਦੀ ਡਿਮਾਂਡ ਕਰੀ, ਆਹ ਡਾਕੂਮੈਂਟ ਲੈ ਕੇ ਆਓ, ਆਹ ਡਾਕੂਮੈਂਟ ਲੈ ਕੇ ਆਓ। ਉਹ ਸਾਤੋਂ ਤਿਆਰ ਹੀ ਨਹੀਂ ਹੋ ਰਹੇ ਸੀ, ਇੰਨੇ ਡਾਕੂਮੈਂਟ ਡਿਮਾਂਡ ਕਰ ਰਿਹਾ ਸੀ। ਤੁਹਾਡੇ ਕੋਲ ਆ ਕੇ ਤੁਸੀਂ ਸਾਨੂੰ ਸੈਂਪਲ ਡਾਕੂਮੈਂਟ ਦੱਸੇ, ਉਹ ਸਾਨੂੰ ਦਿੱਤੇ, ਉਹਨਾਂ ਨਾਲ ਸਾਡਾ ਵੀਜ਼ਾ ਸਾਡਾ ਲੱਗ ਗਿਆ ਜੀ। ਸੋ ਇਹ ਚੀਜ਼ ਬੜੀ ਇੰਪੋਰਟੈਂਟ ਹੁੰਦੀ ਹੈ। ਦੇਖੋ, ਵਿਜ਼ਟਰ ਵੀਜ਼ਾ 'ਚ ਰਾਈਟ ਡਾਕੂਮੈਂਟਸ ਹੋਣ ਤਾਂ ਵੀਜ਼ਾ ਆਉਂਦਾ, ਅਦਰਵਾਈਜ਼ ਰਿਫਿਊਜ਼ਲ ਹੀ ਆਉਂਦਾ। ਸੋ ਨੋਰਮਲੀ ਕੀ ਹੁੰਦਾ ਕਿ ਬਹੁਤ ਸਾਰੇ ਏਜੰਟ ਸਿੰਪਲ ਡਾਕੂਮੈਂਟ ਪੋਰਟਲ 'ਤੇ ਅਪਡੇਟ ਕਰ ਦਿੰਦੇ ਆ। ਅਸੀਂ 3 ਤਰ੍ਹਾਂ ਦੀਆਂ ਕਵਰ ਲੈਟਰਸ ਅਪਡੇਟ ਕਰਦੇ ਹਾਂ, ਫਾਈਨੈਂਸ਼ੀਅਲ ਕਵਰ ਲੈਟਰ, ਔਰ ਜਿਹੜੀ ਰਿਲੇਸ਼ਨਸ਼ਿਪ ਦੀ ਕਵਰ ਲੈਟਰ, ਔਰ ਜਿਹੜੀ ਕੈਂਡੀਡੇਟ ਕਵਰ ਲੈਟਰ। ਇਹ ਤਿੰਨੇ ਤੁਸੀਂ ਅਪਡੇਟ ਅਗਰ ਤੁਹਾਡੀ ਫਾਈਲ 'ਚ ਹੋਏਗਾ ਤਾਂ ਤੁਹਾਡਾ ਵੀਜ਼ਾ ਚਾਂਸਿਸ ਬਹੁਤ ਹਾਈ ਹੋ ਜਾਂਦੇ ਆ। ਅਸੀਂ ਉਸ ਤਰੀਕੇ ਨਾਲ ਫਾਈਲ ਪ੍ਰਿਪੇਅਰ ਕਰਦੇ ਹਾਂ ਲੋਅ ਐਂਗਲ ਦੇ ਨਾਲ ਕਿ ਵੀਜ਼ਾ ਆਫੀਸਰ ਕੀ ਸੋਚਦਾ। ਸੋ ਇਸੇ ਕਰਕੇ ਇਹਨਾਂ ਦਾ ਬਹੁਤ ਥੋੜ੍ਹੇ ਜਿਹੇ ਟਾਈਮ ਦੇ ਵਿੱਚ 5 ਸਾਲ ਦਾ ਮਲਟੀਪਲ ਵੀਜ਼ਾ ਆ ਗਿਆ ਜੀ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਸੋ ਜਿਹੜੇ ਵੀ ਸਟੂਡੈਂਟਸ ਜਾਂ ਉਹਨਾਂ ਦੇ ਪੇਰੈਂਟਸ ਸੋਚ ਰਹੇ ਨੇ ਬਾਹਰ ਜਾਣ ਵਾਸਤੇ ਵਿਜ਼ਿਟਰ ਵੀਜ਼ਾ ਲਈ, ਇੱਕ ਵਾਰ ਵੈਨਿਊਰ ਇੰਗਲਿਸ਼ 'ਤੇ ਜ਼ਰੂਰ ਆਓ, ਵਿਜ਼ਿਟ ਕਰੋ। ਯੂ ਕੈਨ ਡਾਇਰੈਕਟਲੀ ਕਾਲ ਮੀ ਐਟ 7973160270। ਥੈਂਕ ਯੂ।